ਅੱਜ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਅੰਮ੍ਰਿਤਸਰ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਜੀ ਅਤੇ ਹੋਰ ਜਿਹੜੇ ਮੈਂਬਰ ਹੈਗੇ ਆ ਸਾਰੇ ਉਹ ਇੱਥੇ ਆਏ ਕਿ ਇਹਨਾਂ ਨੇ ਮੈਮੋਰੈਂਡਮ ਦਿੱਤਾ ਕਿ ਜਿਹੜੀ ਹੈ ਔਨਲਾਈਨ ਸੇਲ ਦੇ ਵਿੱਚ ਇਲੀਗੈਲਿਟੀ ਹੋ ਰਹੀ ਹੈ, ਜੋ ਕਿ ਔਨਲਾਈਨ ਸੇਲ ਦੇ ਵਿੱਚ ਵਾਇਓਲੇਸ਼ਨ ਹੋ ਰਹੀ ਹੈ ਡਰੱਗ ਐਂਡ ਕੋਸਮੈਟਿਕ ਐਕਟ ਦੀ, ਜੋ ਵਾਇਓਲੇਸ਼ਨ ਕਰ ਰਹੇ ਆ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਏ। ਅਤੇ ਅਸੀਂ ਇਹ ਆਪਣੇ ਹੈੱਡ ਆਫਿਸ ਨਾਲ ਟਾਈ ਅਪ ਕਰਕੇ ਅਤੇ ਜਿਹੜੇ ਮੇਰੇ ਡਰੱਗ ਕੰਟਰੋਲ ਆਫਿਸਰਸ ਹੈ ਸਾਰਿਆਂ ਨੂੰ ਇਹਦੇ ਜਿਹੜੀ ਐਡਵਾਈਜ਼ਰੀ ਆ ਉਹ ਪਾਸ ਕਰ ਦਾਂਗੇ ਕਿ ਸਾਡੀ ਜੁਰਿਸਡਿਕਸ਼ਨ ਦੇ ਵਿੱਚ ਜੇ ਇਹੋ ਜਿਹੀ ਕੋਈ ਵੀ ਵਾਇਓਲੇਸ਼ਨ ਹੁੰਦੀ ਹੈ ਤਾਂ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ। ਠੀਕ ਹੀ ਨਾਮ ਹੈ ਆਪਣੇ ਐਸੋਸੀਏਸ਼ਨ ਦਾ? ਮੈਂ ਜੀ ਸੁਰਿੰਦਰ ਦੁੱਗਲ, ਪ੍ਰੈਜ਼ੀਡੈਂਟ ਪੰਜਾਬ ਕੈਮਿਸਟ ਐਸੋਸੀਏਸ਼ਨ। ਮੈਂ ਆਪਣੇ ਨਾਲ ਮੇਰੇ ਚੇਅਰਮੈਨ ਸੁਰਿੰਦਰ ਸ਼ਰਮਾ ਜੀ, ਅੰਮ੍ਰਿਤਸਰ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਵੀ ਨੇ ਉਹ, ਆਪਣੇ ਰਜੇਸ਼ ਸੋਈ ਜੀ, ਸੰਜੀਵ ਭਾਟੀਆ ਜੀ ਅਤੇ ਬਾਕੀ ਸਾਰੇ ਹੀ ਮੈਂਬਰਾਂ ਦੇ ਨਾਲ ਅੱਜ ਅਸੀਂ ਜਿਹੜਾ ਕਿ ਡਰੱਗ ਕੰਟਰੋਲਰ ਆਫ ਇੰਡੀਆ ਨੇ ਇੱਕ ਪੱਤਰ ਜਾਰੀ ਕੀਤਾ ਕਿ ਜਿਹੜੀਆਂ ਵੀ ਇਲੀਗਲ ਹੋਟਲ ਦੇ ਉੱਤੇ ਦਵਾਈਆਂ ਵੇਚ ਰਹੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗ ਦੀ ਹਦਾਇਤਾਂ ਦੇ ਅਨੁਸਾਰ ਅਸੀਂ ਅੱਜ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਸਾਰੇ ਹੀ ਡਰੱਗ ਕੰਟਰੋਲਰਸ, ਜੋਨਲ ਅਥਾਰਟੀ, ਡਰੱਗ ਇੰਸਪੈਕਟਰਸ ਨੂੰ ਅਸੀਂ ਇੱਕ ਮੰਗ ਪੱਤਰ ਦੇ ਰਹੇ ਹਾਂ। ਅੱਜ ਅਸੀਂ ਆਪਣੇ ਅੰਮ੍ਰਿਤਸਰ ਦੇ ਜੋਨਲ ਡਰੱਗ ਕੰਟਰੋਲਰ ਅਦਰ ਅਸੀਂ ਕਰਨ ਸਚਦੇਵਾ ਜੀ ਨੂੰ ਅੱਜ ਇੱਕ ਮੰਗ ਪੱਤਰ ਦਿੱਤਾ, ਉਹਨਾਂ ਤੋਂ ਇਹ ਡਿਮਾਂਡ ਕੀਤੀ ਹੈ ਕਿ ਜਿਹੜੇ ਵੀ ਇਲੀਗਲ ਦਵਾਈਆਂ ਦੀ ਯੂਜ਼ ਕਰ ਰਹੇ ਨੇ ਉਹ ਹਾਈਕੋਰਟ, ਦਿੱਲੀ ਹਾਈਕੋਰਟ ਅਤੇ ਦੂਜੀ ਕੋਰਟਾਂ ਦੀ ਵੇਲਾਂ ਕਰ ਰਹੇ ਨੇ ਅਤੇ ਉਹਨਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ, ਕਿਉਂਕਿ ਅੱਜ ਦੇ ਡੇਟ ਦੇ ਵਿੱਚ ਕੋਈ ਬਗੈਰ ਲਾਇਸੈਂਸਾਂ ਦੇ ਉੱਪਰ ਇਹ ਲੋਕ ਕੰਮ ਕਰ ਰਹੇ ਨੇ। ਸਾਡੀ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਇਹੀ ਡਿਮਾਂਡ ਹੈ ਕਿ ਪੰਜਾਬ ਦੇ ਵਿੱਚ 24,000 ਕੈਮਿਸਟ ਨੇ ਔਰ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ 2,500 ਕੈਮਿਸਟ ਕੰਮ ਕਰ ਰਿਹਾ, ਉਹਨਾਂ ਦੀ ਰੋਟੀ ਰੋਜੀ ਦਾ ਵੀ ਸਵਾਲ ਹੈ। ਅਗਰ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਕਿਉਂ ਨਹੀਂ ਸਾਡੇ ਕੈਮਿਸਟਾਂ ਨੂੰ ਇਜਾਜ਼ਤ ਦਿੱਤੀ ਜਾਵੇ? ਇਲੀਗਲ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਸਾਡੀ ਇਹ ਡਿਮਾਂਡ ਆ ਜੀ।